ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਵੇਲੇ ਭਾਰਤ ਦੇ ਵਿੱਚ ਅੱਧੀ ਰਾਤ ਦਾ ਸਮਾਂ ਹੋਣਾ ਅਤੇ ਲਾਈਵ ਇਸ ਕਰਕੇ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖੇਤੀਬਾੜੀ ਅੰਦੋਲਨ ਜਿਹੜਾ ਚੱਲਿਆ, ਖੇਤੀ ਅੰਦੋਲਨ ਜੋ ਚੱਲਿਆ, ਉਹਦੇ ਵਿੱਚ ਜਿੰਨੇ ਉਤਰਾਅ ਚੜ੍ਹਾਅ ਪਿਛਲੇ ਢਾਈਆਂ ਦਿਨਾਂ ਦੇ ਵਿੱਚ ਆਏ ਨੇ, ਸ਼ਾਇਦ ਉਨੇ ਪਿਛਲੇ ਢਾਈਆਂ ਮਹੀਨਿਆਂ ਦੇ ਵਿੱਚ ਵੀ ਨਹੀਂ ਸੀ ਆਏ। 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਜਾਂ ਉਹਦੇ ਦੌਰਾਨ ਹੋਈ ਹਿੰਸਾ, ਉਹਦੇ ਦੌਰਾਨ ਵਾਪਰੀਆਂ ਘਟਨਾਵਾਂ, ਉਹਦੇ ਤੋਂ ਬਾਅਦ ਕਿਸਾਨ ਆਗੂਆਂ ਅਤੇ ਸਰਕਾਰ ਦੁਆਰਾ ਪੁਲਿਸ ਦੁਆਰਾ ਕੀਤੇ ਗਏ ਪਰਚੇ, ਇੱਥੋਂ ਤੱਕ ਕਿ ਲੁੱਕਆਊਟ ਨੋਟਿਸ ਤੱਕ ਜਦੋਂ ਜਾਰੀ ਕਰ ਦਿੱਤੇ ਗਏ ਸੀ, ਅਤੇ ਬਾਅਦ ਵਿੱਚ ਚਰਚਾਵਾਂ ਇਹ ਤੁਰੀਆਂ ਸੀ ਕਿ ਬਹੁਤ ਸਾਰੇ ਕਿਸਾਨ ਜਿਹੜੇ ਉਹ ਵਾਪਸ ਜਾਣ ਲੱਗ ਪਏ ਆ, ਤਾਂ ਫਿਰ ਐਂ ਲੱਗਦਾ ਸੀ ਕਿ ਸ਼ਾਇਦ ਖੇਤੀ ਅੰਦੋਲਨ ਜਿਹੜਾ ਹੁਣ ਤੱਕ ਬਹੁਤ ਜ਼ਿਆਦਾ ਚੜ੍ਹਦੀ ਕਲਾ ਦੇ ਵਿੱਚ ਸੀ, ਕਿ ਸ਼ਾਇਦ ਉਹ ਖੇਤੀ ਅੰਦੋਲਨ ਜਿਹੜਾ ਉਹ ਹੁਣ ਹੋਰ ਪਾਸੇ ਤੁਰ ਪਿਆ, ਪਰ ਇਹਦੇ ਵਿੱਚ ਬਹੁਤ ਵੱਡੇ ਫੇਰਬਦਲ ਜਿਹੜੇ ਉਹ ਹੋਣ ਦੀ ਸੰਭਾਵਨਾ ਉਹ ਪੈਦਾ ਹੋ ਗਈ ਹੈ, ਅਤੇ ਫੇਰਬਦਲ ਹੋਣ ਦੀ ਸੰਭਾਵਨਾ ਤੋਂ ਭਾਵ ਇਹ ਕਿ ਅਜੇ ਤੱਕ ਸਾਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਸ਼ਾਇਦ 2-4 ਦਿਨਾਂ ਦੇ ਵਿੱਚ ਕੋਈ ਬਹੁਤ ਵੱਡੀ ਘਟਨਾ ਨਾ ਘਟ ਜਾਏ, ਉਹਦੇ ਤੋਂ ਬਾਅਦ ਖੇਤੀਬਾੜੀ ਅੰਦੋਲਨ ਜਿਹੜਾ ਉਹ ਮੱਠਾ ਨਾ ਪੈ ਜਾਏ। ਬਹੁਤ ਸਾਰੇ ਲੋਕਾਂ ਦੇ ਵੀ ਕੰਸਰਨ ਇਹਦੇ ਨਾਲ ਸੰਬੰਧਿਤ ਸੀ। ਗਾਜ਼ੀਪੁਰ ਬਾਰਡਰ ਦੀ ਘਟਨਾ ਜੋ ਹੈ, ਗਾਜ਼ੀਪੁਰ ਬਾਰਡਰ 'ਤੇ ਕਿਉਂਕਿ ਬਿਜਲੀ ਅਤੇ ਪਾਣੀ ਕੱਟ ਦਿੱਤਾ ਗਿਆ ਸੀ, ਅਤੇ ਬਿਜਲੀ ਪਾਣੀ ਕੱਟਣ ਤੋਂ ਬਾਅਦ ਫਿਰ ਉੱਥੋਂ ਪ੍ਰਸ਼ਾਸਨ ਨੇ ਨੋਟਿਸ ਦੇ ਦਿੱਤਾ ਸੀ ਕਿ ਇਹ ਧਰਨੇ ਵਾਲੀ ਥਾਂ ਜਿਹੜੀ ਉਹ ਖਾਲੀ ਕਰ ਦਿੱਤੀ ਜਾਵੇ, ਅਤੇ ਕਿਸਾਨ ਲੀਡਰ ਰਾਕੇਸ਼ ਟਕੈਤ ਹੋਰੀ ਉੱਥੇ ਅਗਵਾਈ ਕਰ ਰਹੇ ਨੇ। ਉਹਨਾਂ ਦਾ ਨਾਮ ਵੀ ਇੱਕ FIR ਦੇ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਗਿਆ, ਜੋ ਦਿੱਲੀ ਦੇ ਵਿੱਚ ਪਿਛਲੇ ਦਿਨਾਂ 'ਚ ਹਿੰਸਾ ਹੋਈ ਜਾਂ ਹੋਰ ਕਾਰਵਾਈਆਂ ਹੋਈਆਂ। ਪਰ ਹੁਣ ਅਚਾਨਕ ਮਹਿਸੂਸ ਹੋ ਰਿਹਾ ਕਿ ਇੱਕ ਬਹੁਤ ਵੱਡਾ ਮੋੜਾ ਸ਼ਾਇਦ ਇਸ ਗੱਲ ਨੂੰ ਪੈ ਜਾਏ। ਪਹਿਲੀ ਗੱਲ ਇਹ ਕਿ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਤੋਂ ਉਰੇ ਪਰੇ ਨਹੀਂ ਹੋਣਾ ਚਾਹੀਦਾ, ਸਾਰਾ ਕੁਝ ਸ਼ਾਂਤੀ ਦੇ ਨਾਲ ਹੋਵੇ, ਪਰ ਕਿਉਂਕਿ ਇਹ ਲੇਟੈਸਟ ਅਪਡੇਟ ਹੈ, ਰਾਕੇਸ਼ ਟਕੈਤ ਨੂੰ ਗ੍ਰਿਫਤਾਰ ਕਰਨ ਦੇ ਲਈ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕੀਤੀ, ਬਹੁਤ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਆਈ, ਗਾਜ਼ੀਪੁਰ ਬਾਰਡਰ ਦੇ ਉੱਤੇ ਲੱਗੇ ਹੋਏ ਧਰਨੇ ਨੂੰ ਜਦੋਂ ਖੰਡਾਉਣ ਦੀ ਕੋਸ਼ਿਸ਼ ਕੀਤੀ ਗਈ ਬਿਜਲੀ ਪਾਣੀ ਦੇ ਕੱਟਣ ਤੋਂ ਬਾਅਦ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਅੱਜ ਰਾਤ ਉੱਥੋਂ ਜਿਹੜਾ ਉਹ ਧਰਨਾਕਾਰੀਆਂ ਨੂੰ ਖੰਡਾ ਦਿੱਤਾ ਜਾਊਗਾ। ਇੱਥੋਂ ਤੱਕ ਕਿ ਉੱਥੇ ਬੱਸਾਂ ਵੀ ਲਿਆ ਕੇ ਖੜੀਆਂ ਕਰ ਦਿੱਤੀਆਂ ਗਈਆਂ ਸੀ ਕਿ ਜਿਹੜੇ ਧਰਨਾਕਾਰੀ ਆਪੋ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੇ ਆ ਉਹ ਜਾ ਸਕਦੇ ਆ। ਪਰ ਹੁਣ ਨਵੀਆਂ ਮਿਲ ਰਹੀਆਂ ਜਾਣਕਾਰੀਆਂ ਦੇ ਮੁਤਾਬਕ, ਕਿਉਂਕਿ ਬਾਲੀਆਨ ਖਾਪ ਦੇ ਮੁਖੀ ਵੀ ਨੇ ਟਕੈਤ ਪਰਿਵਾਰ ਵਾਲੇ, ਰਾਕੇਸ਼ ਟਕੈਤ ਅਤੇ ਉਹਨਾਂ ਦੇ ਵੱਡੇ ਭਰਾ ਨਰੇਸ਼ ਟਕੈਤ ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਨੇ, ਯੂਪੀ ਅਤੇ ਹਰਿਆਣੇ ਦੇ ਵਿੱਚ ਉਹਨਾਂ ਦਾ ਕਾਫੀ ਹੱਦ ਤੱਕ ਕਿਸਾਨਾਂ ਦੇ ਉੱਤੇ ਹੋਲਡ ਹੈ, ਅਤੇ ਦੂਸਰੇ ਪਾਸੇ ਕਿਉਂਕਿ ਖਾਪ ਪੰਚਾਇਤ ਜਿਹੜੀ ਕਿ ਜਾਟ ਭਾਈਚਾਰੇ ਦੀ ਸਭ ਤੋਂ ਵੱਡੀ ਖਾਪ ਹੈ ਦੇਸ਼ ਦੇ ਵਿੱਚ, ਸੋ ਇੱਕ ਵਿਸ਼ੇਸ਼ ਭਾਈਚਾਰੇ ਦੇ ਉੱਤੇ ਉਹਨਾਂ ਦੀ ਪਕੜ ਬਹੁਤ ਹੈ। ਹੁਣ ਕਿਸਾਨ ਅੰਦੋਲਨ ਜਿਹਦੇ ਵਿੱਚ ਕਿਸਾਨਾਂ ਦੇ ਉੱਤੇ ਪਰਚੇ ਹੋਣ ਤੋਂ ਬਾਅਦ, ਕਿਸਾਨਾਂ ਨੂੰ ਸਰਕਾਰੀ ਨੋਟਿਸ ਮਿਲਣ ਤੋਂ ਬਾਅਦ, ਇਹਦੇ ਤੋਂ ਇਲਾਵਾ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਨੇ, ਦੋਨਾਂ ਪਾਸਿਆਂ ਤੋਂ ਸੜਕ ਜਿਹੜੀ ਤਕਰੀਬਨ ਬੰਦ ਹੋ ਗਈ ਸੀ, ਦਿੱਲੀ ਨੂੰ ਜਾਣ ਵਾਲੇ ਰਸਤੇ ਜਿਹੜੇ ਉਹ ਪੁੱਟ ਦਿੱਤੇ ਗਏ ਸੀ ਪ੍ਰਸ਼ਾਸਨ ਵੱਲੋਂ। ਐਂ ਲੱਗਦਾ ਸੀ ਕਿ ਸ਼ਾਇਦ ਸਾਰਾ ਕੁਝ ਨਾ ਪੱਖੀ ਹੋ ਗਿਆ, ਸ਼ਾਇਦ ਲੋਕ ਹੁਣ ਘਰਾਂ ਨੂੰ ਵਾਪਸ ਜਾਣ ਲੱਗਣਗੇ, ਪਰ ਹੁਣ ਰਾਕੇਸ਼ ਟਕੈਤ ਨੇ ਸਟੇਜ ਤੋਂ ਜਿਸ ਤਰੀਕੇ ਰੋ ਰੋ ਕੇ ਆਖਿਆ, ਜਿਸ ਤਰੀਕੇ ਉਹਨਾਂ ਨੇ ਅਥਰੂ ਘੇਰੇ ਕਿ ਭਾਈ ਇੱਥੇ ਸਾਨੂੰ ਜਿਹੜਾ ਉਹ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਕਿਸਾਨਾਂ ਨੂੰ ਜਿਹੜਾ ਉਹ ਕਤਲ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਕਿਸਾਨੀ ਸੰਘਰਸ਼ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਉਹਨਾਂ ਨੇ ਪੰਜਾਬੀ ਭਾਈਚਾਰੇ ਦੀ ਸਿਫਤ ਬਹੁਤ ਕੀਤੀ ਸੀ ਆਪਣੇ ਭਾਸ਼ਣ ਦੇ ਵਿੱਚ ਪਿਛਲੇ ਡੂਢ ਦਿਨ ਦੇ ਵਿੱਚ। ਉਹਨਾਂ ਕਿਹਾ ਸੀ ਕਿ ਭਾਈ ਜੇ ਗੋਲੀਆਂ ਵੀ ਚੱਲ ਗਈਆਂ ਮੈਂ ਨਹੀਂ ਉੱਠੂੰਗਾ, ਜਿਹਨੇ ਜਾਣਾ ਚਲੇ ਜਾਏ, ਅਸੀਂ ਧਰਨਾ ਇੱਥੇ ਬਰਕਰਾਰ ਰੱਖਾਂਗੇ। ਹੁਣ ਜਦੋਂ ਇੱਕ ਕਿਸਾਨ ਯੂਨੀਅਨ ਦਾ ਵੱਡਾ ਨੇਤਾ ਹੋਵੇ, ਇੱਕ ਖਾਪ ਦਾ ਪ੍ਰਧਾਨ ਹੋਵੇ, ਤਾਂ ਉਹਦਾ ਅਸਰ ਦੇਖੋ ਕੀ ਹੁੰਦਾ। ਹੁਣ ਪਤਾ ਲੱਗਾ ਕਿ ਜੀਂਦ ਵਾਲਾ ਹਾਈਵੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਲੋਕਾਂ ਵੱਲੋਂ। ਉਹਦੇ ਤੋਂ ਇਲਾਵਾ ਭਿਵਾਨੀ ਵਾਲੇ ਪਾਸਿਓਂ ਸੈਂਕੜੇ ਟਰਾਲੀਆਂ ਦੇ ਵਿੱਚ ਹਜ਼ਾਰਾਂ ਕਿਸਾਨ ਜਿਹੜੇ ਆ ਉਹਨਾਂ ਨੇ ਗਾਜ਼ੀਪੁਰ ਬਾਰਡਰ ਵਾਲੇ ਪਾਸੇ ਨੂੰ ਜਿਹੜਾ ਉਚਾਲੇ ਪਾ ਦਿੱਤੇ ਆ। ਪਹੁੰਚ ਸਕਣਗੇ ਨਹੀਂ ਪਹੁੰਚ ਸਕਣਗੇ ਉਹ ਇੱਕ ਵੱਖਰੀ ਗੱਲ ਹੈ, ਪਰ ਹੁਣ ਸਾਰੇ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਗੱਲ ਜਿਹੜੀ ਹੈ ਉਹ ਵੱਡੀ ਪੱਧਰ ਦੇ ਉੱਤੇ ਵਿਖਾਈ ਜਾ ਰਹੀ ਹੈ ਕਿ ਰਾਕੇਸ਼ ਟਕੈਤ ਦੇ ਹੰਝੂਆਂ ਨਾਲ ਗੜੁੱਚ ਹੋਏ ਉਸ ਬਿਆਨ ਨੇ, ਉਸ ਭਾਸ਼ਣ ਨੇ ਕਿਸਾਨੀ ਅੰਦੋਲਨ ਨੂੰ ਇੱਕ ਵਾਰੀ ਫੇਰ ਹਲੂਣਾ ਦਿੱਤਾ। ਦੇਖੋ, ਲੋਕਤੰਤਰੀ ਦੇਸ਼ ਹੈ, ਡੈਮੋਕਰੇਟਿਕ ਪ੍ਰੋਸੈਸ ਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਪ੍ਰਦਰਸ਼ਨ ਕਰਨ ਦੀ ਆਗਿਆ, ਬਸ਼ਰਤੇ ਕਿ ਉਹ ਕਾਨੂੰਨ ਦੀ ਉਲੰਘਣਾ ਨਾ ਕਰਦਾ ਹੋਵੇ। ਖੇਤੀਬਾੜੀ ਕਾਨੂੰਨਾਂ ਦੇ ਨਾਲ ਕਿਸੇ ਦੀ ਸਹਿਮਤੀ ਹੋ ਸਕਦੀ ਹੈ, ਕਿਸੇ ਦੀ ਨਹੀਂ, ਪਰ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਜਦੋਂ ਐਂ ਲੱਗਦਾ ਸੀ, ਜਦੋਂ ਇੱਕ ਦੂਸਰੇ ਦੇ ਨਾਲ ਫਸਣ ਲੱਗ ਪਏ, ਜਦੋਂ ਦੋ ਤਿੰਨ ਬੰਦਿਆਂ ਦੇ, ਮੈਂ ਪੰਜਾਬੀ ਦੇ ਵਿੱਚ ਉਹਨੂੰ ਕਾਰਸਤਾਨੀ ਸ਼ਬਦ ਕਹਿ ਲਾਂ, ਅਣਜਾਣਤਾ ਕਹਿ ਲਾਂ, ਜਾਣ ਬੁੱਝ ਕੇ ਕਹਿ ਲਾਂ, ਰਲੀ ਮਿਲੀ ਭੁਗਤ ਕਹਿ ਲਾਂ, ਕਿ ਤੈਅ ਕੀਤੇ ਰੂਟ ਤੋਂ ਪਰੇ ਜਾਣ ਦੇ ਕਰਕੇ ਹਿੰਸਾ ਹੁੰਦੀ ਆ, ਪਰਚੇ ਹੁੰਦੇ ਆ, ਬਹੁਤ ਕੁਝ ਹੁੰਦਾ, ਗ੍ਰਿਫਤਾਰੀਆਂ ਹੁੰਦੀਆਂ, ਇੱਕ ਤਰ੍ਹਾਂ ਦੇ ਨਾਲ ਗੱਲ ਹੀ ਦੂਜੇ ਪਾਸੇ ਨੂੰ ਤੁਰ ਪਈ ਸੀ। ਖੇਤੀਬਾੜੀ ਦੇ ਨਾਲ ਸੰਬੰਧਿਤ ਕਾਨੂੰਨ ਰੱਦ ਹੋਣੇ ਆ ਕਿ ਨਹੀਂ ਹੋਣੇ, ਉਹਦਾ ਨਾਂ ਨਿਸ਼ਾਨ ਨਹੀਂ ਸੀ।
जिम्मेवार कौन है, कार्रवाई की होगी, कौन उत्थे रुकूगा, डर सहम बहुत सारिया चीजा, इथों तक कि जो यूपी ते हरियाणे दे विचों बहुत सारे धरने प्रशासन ने चुका दिते सी, इंटरनेट बंद कर दिता गया सी, कुछ एक जिलिया दे विच हरियाणे दी सरकार वालों पिंडा दे विच भी इदां दी गल सी कि पता नहीं हुण होएगा की। पर राकेश टकैत दे उस भाषण तो बाद हुण एक पासे मुजफ्फरनगर उत्तर प्रदेश दे विच उहनां दा जिहड़ा पिंड है ते पिंड दा नाम है ससोली, उस पिंड दे विच हजारां दी गिणती च किसान इकट्ठे होए, सवेर नूं महापंचायत सद लई गई है उस खाप दी उहनां किसानां दी कि भाई आपां करना की है, सवेरे प्रोग्राम बना दिता जाणा उत्तर प्रदेश दे विच जिथे कि एक साल बाद विधानसभा दीआं चोणां ने। उधरों जदों जींद दे विच हाईवे जाम हुंदा है भिवानी तों उस भाईचारे दे बहुत सारे किसान गाजीपुर वाले पासे नूं तुर पैंदे आ कि असीं राकेश टकैत दी हमायत करनी है। उधरले पासे सिंघू बॉर्डर दे उत्ते बैठे जिहड़े किसान आगू ने संयुक्त किसान मोर्चा दे, उन्होंने कहा कि भाई असीं राकेश टकैत की हमायत करते हैं। सो इस सारी प्रक्रिया के नाल जिहड़ा विभाग यह लगता सी कि दिल्ली तो पिंडां वाले पासे नूं शायद तुर पिया है, वह हुण जदों दुबारा यह रिपोर्टां मिलियां ने कि भाई इस एक हंझुआ भरपूर भाषण तो बाद उधरले पासे नूं तुरियां, तो हो सकता है कि 26 जनवरी की घटना तो बाद जिहड़ा खेती अंदोलन मठा पैंदा नजर आ रहा सी, खेतीबाड़ी कानूनों के उत्ते चर्चा जिहड़ी है वह घट हुंदी जापदी सी, ਉਹ ਖੇਤੀਬਾੜੀ ਅੰਦੋਲਨ ਨੂੰ ਇੱਕ ਨਵਾਂ ਮੋੜਾ ਜਿਹੜਾ ਉਹ ਮਿਲ ਸਕਦਾ ਹੈ। ਪਰ ਦੋ ਚੀਜ਼ਾਂ ਖਾਸ ਤੌਰ ਦੇ ਉੱਤੇ ਧਿਆਨ ਰੱਖਣ ਵਾਲੀਆਂ, ਪਹਿਲੀ ਗੱਲ ਕਿਸੇ ਵੀ ਬੰਦੇ ਨੇ ਧੋਖਾ ਕੀਤਾ ਹੋਵੇ, ਕਿਸੇ ਬੰਦੇ ਨੇ ਗੱਦਾਰੀ ਕੀਤੀ ਹੋਵੇ, ਕੋਈ ਬੰਦਾ ਲੀਹੋਂ ਲੈ ਗਿਆ ਹੋਵੇ, ਗਾਲਾਂ ਕੱਢਣ ਦੀ ਮਾੜੀ ਭਾਸ਼ਾ ਵਰਤਣ ਦੀ ਲੋੜ ਨਹੀਂ, ਨਾ ਕਿਸੇ ਦੇ ਅੰਨੇ ਭਗਤ ਬਣਨ ਦੀ ਲੋੜ ਹੈ। ਰਾਕੇਸ਼ ਟਕੈਤ ਦੀ ਇਸ ਭਾਸ਼ਣ ਤੋਂ ਬਾਅਦ ਜੇ ਟਰਾਲੀਆਂ ਉੱਧਰਲੇ ਪਾਸੇ ਨੂੰ ਤੁਰੀਆਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਲੀਹ 'ਤੇ ਆ ਗਿਆ, ਅਜੇ ਵੀ ਅੰਦੋਲਨ ਦਾ ਜਿੰਨਾ ਨੁਕਸਾਨ 26 ਜਨਵਰੀ ਦੀ ਉਸ ਹਿੰਸਾਤਮਕ ਘਟਨਾ ਦੇ ਕਰਕੇ ਹੋਇਆ ਸੀ ਉਹ ਪੂਰਾ ਨਹੀਂ ਕੀਤਾ ਜਾ ਸਕਿਆ। ਪਰ ਇੱਕ ਵੱਡਾ ਮੋੜਾ ਪਿਆ, ਹੋ ਸਕਦਾ ਹੈ ਕਿ ਜਦੋਂ 15-20-25-30 ਸਾਲ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਇਸ ਖੇਤੀ ਅੰਦੋਲਨ ਦੇ ਇਤਿਹਾਸ ਨੂੰ ਪੜ੍ਹਨਗੀਆਂ, ਇੱਕ ਤਾਂ ਇਹ ਇਤਿਹਾਸ ਹੋ ਸਕਦਾ ਹੈ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਅੰਦੋਲਨ ਹੌਲੀ ਹੌਲੀ ਮੱਠਾ ਪੈ ਗਿਆ, ਅਤੇ ਇੱਕ ਇਹ ਇਤਿਹਾਸ ਦੇ ਵਿੱਚ ਲਿਖਿਆ ਹੋ ਸਕਦਾ ਹੈ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਵਾਰੀ ਕੰਮ ਮੱਠਾ ਪਿਆ ਸੀ, ਪਰ ਰਾਕੇਸ਼ ਟਕੈਤ ਦੇ ਇੱਕ ਭਾਵੁਕਤਾ ਭਰਪੂਰ ਭਾਸ਼ਣ ਨੇ ਖੇਤੀਬਾੜੀ ਅੰਦੋਲਨ ਨੂੰ ਦੁਬਾਰਾ ਚਰਮ ਸੀਮਾ ਦੇ ਉੱਤੇ ਲਿਆ ਖੜਾ ਕੀਤਾ। ਪਰ ਕਾਨੂੰਨ ਦੀ ਪਾਲਣਾ, ਸ਼ਾਂਤੀ ਦੇ ਨਾਲ ਰਹਿਣਾ, ਹਿੰਸਾ ਤੋਂ ਬਚ ਕੇ ਰਹਿਣਾ ਉਹ ਬਹੁਤ ਜ਼ਰੂਰੀ ਹੈ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਕਿ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਜਿਹੜੀ ਉਹ ਆਖਦੇ ਆਏ ਹਾਂ, ਕਹਿੰਦੇ ਆਏ ਹਾਂ ਕਿ ਇਸ ਸਾਰੇ ਮਸਲੇ ਦੇ ਵਿੱਚ ਇਹ ਖੇਤੀਬਾੜੀ ਅੰਦੋਲਨ ਹੈ, ਇਹ ਵੱਖ-ਵੱਖ ਭਾਸ਼ਾਵਾਂ, ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਸੂਬਿਆਂ ਦੇ ਲੋਕਾਂ ਦਾ ਅੰਦੋਲਨ ਹੈ। ਇਹਨੂੰ ਜਦੋਂ ਕਿਸੇ ਵਿਸ਼ੇਸ਼ ਤਰ੍ਹਾਂ ਦੀ ਪੁੱਠ ਜਾਂ ਵਿਸ਼ੇਸ਼ ਤਰ੍ਹਾਂ ਦੀ ਪਾਣ ਚੜ੍ਹਨ ਦਾ ਯਤਨ ਕੀਤਾ ਜਾਊਗਾ ਤਾਂ ਲੀਹੋਂ ਲਿੱਥੂ ਬਜ਼ੁਰਗ ਲੀਡਰ ਅਗਵਾਈ ਕਰ ਰਹੇ ਨੇ ਕਿਸਾਨਾਂ ਦੇ, ਉਹਨਾਂ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ, ਇੱਕ ਵਾਰੀ ਉਹਨਾਂ ਦਾ ਲੜ ਛੱਡਿਆ ਸੀ ਅਤੇ ਆਪਾਂ ਕਿੱਥੋਂ ਖੁੰਝ ਕੇ ਅਤੇ ਕਿੱਥੇ ਆ ਬੈਠੇ, ਉਸ ਗੱਲ ਦਾ ਜਿਹੜਾ ਉਹ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਜ਼ਰੂਰੀ ਹੈ। ਬਾਕੀ ਗਾਜ਼ੀਪੁਰ ਵਾਲਾ ਬਾਰਡਰ, ਉਹਦੇ ਤੋਂ ਬਾਅਦ ਸਿੰਘੂ ਵਾਲਾ ਬਾਰਡਰ, ਉਹਦੇ ਤੋਂ ਬਾਅਦ ਟਿੱਕਰੀ ਵਾਲਾ ਬਾਰਡਰ, ਫੋਰਸਸ ਉੱਥੇ ਵਧਾਈਆਂ ਗਈਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਵੇਲੇ ਕੁਛ ਵੀ ਹੋ ਜਾਣਾ, ਇੱਦਾਂ ਨਹੀਂ ਹੈ। ਇੱਥੋਂ ਤੱਕ ਕਿ ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਆਖਿਆ ਕਿ ਅਸੀਂ ਹੁਣ ਜਿਹੜੇ ਨੋਟਿਸ ਸਾਡੇ ਕੋਲ ਆਏ ਨੇ, ਅਸੀਂ ਉਹਨਾਂ ਨੋਟਿਸ ਜਿਹੜੇ ਹੈ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗੇ ਜ਼ਰੂਰ। ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਜੇ ਕੋਈ ਕਮੈਂਟ ਹੋਣ, ਤੁਹਾਡੇ ਸਵਾਲ ਹੋਣ, ਤਾਂ ਉਹਨੂੰ ਜਿਹੜਾ ਉਹ ਪੜ੍ਹਨ ਦੀ ਵੀ ਕੋਸ਼ਿਸ਼ ਕਰਾਂ। ਪਰ ਇਹ ਸਿੱਧੇ ਅਤੇ ਸਪਸ਼ਟ ਰੂਪ ਦੇ ਵਿੱਚ ਗੱਲ ਇਹ ਹੈ ਕਿ ਇੱਕ ਭਾਸ਼ਣ ਉਹ ਲੀਡਰ ਦੇ ਦਿਮਾਗ ਦੀ ਉਪਜ ਹੈ, ਉਹ ਲੀਡਰ ਨੇ ਸੋਚਿਆ ਕਿ ਇੱਦਾਂ ਕਰਨਾ। ਪਰ ਜਦੋਂ ਤੱਕ ਕੋਈ ਵੀ ਅੰਦੋਲਨ ਹੈ, ਐਜੂਕੇਸ਼ਨ ਦਾ, ਹੈਲਥ ਦਾ, ਖੇਤੀ ਦਾ, ਹਰ ਇੱਕ ਬੰਦੇ ਦਾ ਦਿਮਾਗ ਜਾਗਦਾ ਹੋਣਾ ਚਾਹੀਦਾ, ਅਸੀਂ ਆਪਣਾ ਫੈਸਲਾ ਜਿਹੜਾ ਆਪ ਲੈ ਸਕਣ ਦੇ ਸਮਰੱਥ ਹੋਈਏ। ਜਦੋਂ 3-4 ਚੀਜ਼ਾਂ ਸਾਹਮਣੇ ਆਈਆਂ ਸੀ, ਤੁਸੀਂ ਚੇਤੇ ਕਰੋ ਜੇ ਕਰ ਸਕਦੇ ਹੋ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਅੰਦਰ ਕਿਉਂ ਨਹੀਂ ਵੜਦੇ, ਕਿਉਂ ਨਹੀਂ ਵੜਦੇ, ਛੇਤੀ ਵੜੋ, ਸਾਨੂੰ ਕਿਹੜਾ ਰੋਕ ਲੂ, ਹੁਣ ਤਾਂ ਐਂ ਹੋ ਜੂ, ਹੁਣ ਤਾਂ ਚਰਮ ਸੀਮਾ 'ਤੇ ਪਹੁੰਚ ਗਿਆ। ਪਰ ਇੱਕ ਦਿਨ ਦੇ ਕੁਝ ਘੰਟੇ, ਕੁਝ ਲੋਕਾਂ ਦੀ ਗਲਤੀ ਉਸ ਖੇਤੀ ਅੰਦੋਲਨ ਨੂੰ ਕਿੱਥੇ ਲੈ ਕੇ ਆਈ। ਉਹਦੇ ਤੋਂ ਬਾਅਦ ਦੂਸਰਾ ਨੰਬਰ, ਜਦੋਂ ਵਾਰ ਵਾਰ ਕਿਹਾ ਜਾਂਦਾ ਸੀ ਕਿ ਫਲਾਨੇ ਬੰਦੇ ਨੂੰ ਸਟੇਜ 'ਤੇ ਆਉਣ ਦਿਓ, ਫਲਾਨੀ ਚੀਜ਼ ਨੂੰ ਆਉਣ ਦਿਓ, ਆਹ ਚੀਜ਼ ਆਉਣ ਦਿਓ, ਉਹਦੇ ਤੋਂ ਬਾਅਦ ਅੱਜ ਦੇਖੋ ਉਹ ਚੀਜ਼ਾਂ ਕਿੱਥੇ ਆ ਕੇ ਖਲੋਤੀਆਂ। ਤੀਸਰੀ ਗੱਲ, ਜਦੋਂ ਹੁਣ ਬਹੁਤ ਸਾਰੇ ਸੱਜਣ ਕਹਿੰਦੇ ਆ ਉਹਨਾਂ ਦਾ ਪਹਿਲੇ ਖੁਲਾਸਾ ਕਰ ਦੇਣਾ ਚਾਹੀਦਾ ਸੀ, ਉਹਦਾ ਉਹ ਕਰ ਦੇਣਾ ਚਾਹੀਦਾ ਸੀ, ਅੰਦੋਲਨ ਦੇ ਵਿੱਚ ਲੱਖਾਂ ਲੋਕ ਸ਼ਾਮਿਲ ਹੁੰਦੇ ਆ, ਲੱਖਾਂ ਸਵਾਲ ਹੁੰਦੇ ਆ, ਬਹੁਤ ਸਾਰੇ ਆਸਪੈਕਟ ਜਿਹੜੇ ਦੇਖੇ ਜਾਂਦੇ ਆ। ਜਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਗੱਲਬਾਤ ਨਹੀਂ ਕਰਨੀ ਚਾਹੀਦੀ, ਜਾਣਾ ਹੀ ਨਹੀਂ ਚਾਹੀਦਾ, ਕਿਉਂ ਵਾਰ ਵਾਰ ਕਿਸਾਨ ਲੀਡਰ ਜਾਂਦੇ ਆ ਅਤੇ ਬੇਇੱਜ਼ਤ ਹੋ ਕੇ ਆ ਜਾਂਦੇ ਆ, ਅਤੇ ਅੱਜ ਜਦੋਂ ਗੱਲਬਾਤ ਦੀ ਥਾਂ ਦੇ ਉੱਤੇ ਕੁਝ ਹੋਰ ਚੱਲਿਆ ਤਾਂ ਫਿਰ ਸਿੱਟਾ ਕੀ ਹੈ? ਆਮ ਲੋਕਾਂ ਦੀ ਹਮਾਇਤ ਸੀ, ਆਮ ਲੋਕਾਂ ਦੀ ਮਦਦ ਸੀ, ਆਮ ਲੋਕਾਂ ਦਾ ਸਾਥ ਸੀ, ਆਮ ਲੋਕਾਂ ਦੀ ਹਮਦਰਦੀ ਸੀ, ਅਜੇ ਵੀ ਬੇਰ ਡੁੱਲੇ ਨੇ,
ਸਾਰਿਆਂ ਦਾ ਬਹੁਤਾ ਕੁਝ ਨਹੀਂ ਵਿਗੜਿਆ, ਕੁਝ ਦਾ ਵਿਗੜਿਆ, ਕੁਝ ਬਚ ਗਏ ਨੇ, ਉਹਨਾਂ ਨੂੰ ਸਾਂਭ ਲੈਣਾ ਜ਼ਰੂਰੀ ਹੈ। ਪਰ ਦੇਸ਼ ਹੈ, ਦੇਸ਼ ਦਾ ਝੰਡਾ ਹੈ, ਦੇਸ਼ ਦਾ ਸੰਵਿਧਾਨ ਹੈ, ਦੇਸ਼ ਦੀ ਆਜ਼ਾਦੀ ਜਿਹੜੀ ਹੈ ਉਹ ਕਿਸੇ ਨੇ ਪੇਟੈਂਟ ਨਹੀਂ ਕਰਾਈ ਸੀ। ਦੇਸ਼ ਦਾ ਸੰਵਿਧਾਨ ਤੇ ਦੇਸ਼ ਦਾ ਝੰਡਾ ਕਿਸੇ ਨੇ ਪੇਟੈਂਟ ਨਹੀਂ ਕਰਾ ਲਿਆ। ਸਭ ਨੇ ਰਲ ਮਿਲ ਕੇ ਕੁਰਬਾਨੀਆਂ ਦਿੱਤੀਆਂ ਸੀ, ਸਭ ਨੇ ਰਲ ਮਿਲ ਕੇ ਦੇਸ਼ ਦੀ ਆਜ਼ਾਦੀ ਲਹਿਰ ਦੇ ਵਿੱਚ ਹਿੱਸਾ ਪਾਇਆ ਸੀ। ਪਰੋਸ ਕੇ ਨਹੀਂ ਕਿਸੇ ਨੂੰ ਦੇ ਦੇਣਾ ਚਾਹੀਦਾ ਕਿ ਭਾਈ ਇਹ ਸਾਡਾ ਨਹੀਂ ਤੁਹਾਡਾ। ਦੇਸ਼ ਦੇ ਉੱਤੇ ਮਾਣ ਕਰਨਾ ਚਾਹੀਦਾ, ਕੁਰਬਾਨੀਆਂ ਦੇ ਇਤਿਹਾਸ ਤੇ ਮਾਣ ਕਰਨਾ ਚਾਹੀਦਾ। ਪਰ ਜੋ ਕੁਝ ਇਸ ਵੇਲੇ ਚੱਲ ਰਿਹਾ, ਜਿਸ ਤਰੀਕੇ ਦੀ ਸਥਿਤੀ ਹੈ, ਉਹਦੇ ਵਿੱਚ ਬਹੁਤ ਚੰਗੇ ਤਰੀਕੇ ਆਪਣੀ ਭਾਸ਼ਾ ਤੇ ਆਪਣੇ ਸ਼ਬਦਾਂ ਤੇ ਆਪਣੇ ਭਾਸ਼ਣਾਂ ਤੇ ਕਾਬੂ ਪਾ ਕੇ ਚੱਲੀਏ। ਅੰਨੇ ਭਗਤ ਬਣਨ ਦੀ ਲੋੜ ਨਹੀਂ ਹੈ। ਇਹ ਖੇਤੀ ਅੰਦੋਲਨ ਇਹ ਨਹੀਂ ਹੈ ਕਿ 3 ਕਾਨੂੰਨ ਰੱਦ ਕਰਾ ਲੈ, ਇਹ ਲੋਕਾਂ ਦੇ ਜਾਗਣ ਦਾ ਵੇਲਾ ਹੈ, ਜਾਗਣ ਦਾ ਵੇਲਾ ਹੈ, ਆਪਣੀ ਹੋਂਦ ਦੇ ਅਹਿਸਾਸ ਦਾ ਵੇਲਾ ਹੈ। ਪੋਲੀਟੀਕਲ ਲੀਡਰਸ ਦੇ ਭਾਸ਼ਣਾਂ ਨੂੰ ਅਸੀਂ ਕਿਹੜੀ ਤੱਕੜੀ ਦੇ ਵਿੱਚ ਪਾ ਕੇ ਰੱਖਣਾ ਹੈ? ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਸ 'ਚ ਲੜਨਾ, ਅਦਾਲਤਾਂ 'ਚ ਮੇਲੇ ਲਾਉਣੇ, ਕਚਹਿਰੀਆਂ 'ਚ ਮੇਲੇ ਲਾਉਣੇ, ਜਾਂ ਅਸੀਂ ਆਪਣੇ ਸਕੂਲ ਚੰਗੇ ਕਰਨੇ ਆ, ਪਿੰਡਾਂ 'ਚ ਲਾਇਬ੍ਰੇਰੀਆਂ ਖੋਲਣੀਆਂ, ਸਾਦੇ ਵਿਆਹ ਕਰਕੇ ਅਸੀਂ ਉਹਨਾਂ ਪੈਸਿਆਂ ਦੇ ਨਾਲ ਇਕਨੋਮਿਕਲੀ ਉੱਪਰਲੇ ਪਾਸੇ ਨੂੰ ਜਾਣਾ ਹੈ? ਬਹੁਤ ਮੁੱਦੇ ਨੇ ਜਿਹੜੇ ਹੌਲੀ ਹੌਲੀ ਕਰਕੇ ਅੱਗੇ ਲੈ ਕੇ ਜਾਣੇ। ਪਰ ਹਾਲ ਦੀ ਕੜੀ ਗਾਜ਼ੀਪੁਰ ਵਾਲੇ ਬਾਰਡਰ ਤੋਂ ਰਾਕੇਸ਼ ਟਕੈਤ ਦੀ ਉਸ ਸੰਵੇਦਨਾ ਭਰਪੂਰ ਭਾਵਪੂਰ ਜਿਹੜੀ ਤਕਰੀਰ ਕੀਤੀ ਗਈ ਹੈ, ਇੱਕ ਭਾਸ਼ਣ ਦਿੱਤਾ ਗਿਆ ਤੇ ਰੋਂਦਿਆਂ ਆਖਿਆ ਗਿਆ ਕਿ ਭਾਈ ਸਾਡੇ ਕਿਸਾਨਾਂ ਦੇ ਨਾਲ ਸਾਜਿਸ਼ ਕੀਤੀ ਜਾ ਰਹੀ, ਸਾਨੂੰ ਬਦਨਾਮ ਕੀਤਾ ਜਾ ਰਿਹਾ, ਉਹਦੇ ਕਰਕੇ ਕਿਸਾਨ ਦੁਆਰਾ ਗਾਜ਼ੀਪੁਰ ਵਾਲੇ ਪਾਸੇ ਨੂੰ ਤੁਰੇ ਨੇ। ਪਰ ਫਿਰ ਉਹੀ ਹੁੱਕਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਜੇ ਵੀ ਸਾਰਾ ਕੁਝ ਨਹੀਂ ਸਾਂਭਿਆ ਗਿਆ। ਪਰ ਉਮੀਦ ਹੈ ਕਿ ਇਸ ਵੇਲੇ ਸਾਰਾ ਕੁਝ ਸ਼ਾਂਤੀ ਦੇ ਨਾਲ ਹੋਏਗਾ, ਲੋਕ ਪੱਖੀ ਹੋਏਗਾ, ਸਰਕਾਰਾਂ ਵੀ ਸਮਝਣ, ਲੀਡਰ ਵੀ ਸਮਝਣ। ਪਾਰਲੀਮੈਂਟ ਦਾ ਇਜਲਾਸ ਜਿਹੜਾ ਹੈ ਉਹ ਚੰਦ ਘੰਟਿਆਂ ਦੇ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ, ਉਹਦੇ ਵਿੱਚ ਮੈਂਬਰ ਪਾਰਲੀਮੈਂਟ ਆਪੋ ਆਪਣੀ ਜ਼ਮੀਰ ਦੀ ਆਵਾਜ਼ ਸਮਝਣ। ਸਰਕਾਰ ਵੀ ਲੋਕਾਂ ਦੀ ਚੁਣੀ ਹੈ, ਆਪਣੀ ਹੀ ਸਰਕਾਰ ਹੈ, ਤੇ ਜੇ ਲੋਕ ਇਕੱਠੇ ਰਹਿਣਗੇ ਤਾਂ ਸਰਕਾਰ ਵੀ ਮੁੜ ਵਿਚਾਰ ਕਰ ਸਕਦੀ ਹੈ। ਸੋ ਬਹੁਤ ਠਰੰਮੇ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਰਹਿਣਾ, ਐਵੇਂ ਬਹੁਤ ਜ਼ਿਆਦਾ ਨਿਰਾਸ਼ਾ ਦੇ ਵਿੱਚ ਆ ਕੇ ਕੋਈ ਸਰੀਰਕ ਤੌਰ ਦੇ ਉੱਤੇ ਪਰੇਸ਼ਾਨੀ ਨਾ ਆਪਣੇ ਆਪ ਨੂੰ ਖੜੀ ਕਰ ਲਿਓ। ਬਹੁਤ ਖੁਸ਼ੀ ਦੇ ਵਿੱਚ ਆ ਕੇ ਕਈ ਵਾਰੀ ਬੰਦਾ ਜਿਹੜਾ ਉਹ ਸੱਟ ਫਿੱਟ ਖਾ ਬੈਂਦਾ। ਬੈਲੈਂਸ ਅਪਰੋਚ ਰੱਖੋ, ਸੰਤੁਲਨ ਜਿਹੜਾ ਉਹ ਜ਼ਰੂਰ ਕਾਇਮ ਰੱਖੋ, ਕਿਉਂਕਿ ਅਜੇ ਪੌੜੀ ਦੇ ਪਹਿਲੇ ਡੰਡੇ ਦੇ ਉੱਤੇ ਪੈਰ ਰੱਖਿਆ। ਦੁਨੀਆਂ 'ਚ ਬਹੁਤ ਸਮੱਸਿਆਵਾਂ ਸਾਰਿਆਂ ਨੇ ਰਲ ਮਿਲ ਕੇ ਦੂਰ ਕਰਨੀਆਂ। ਸੋ ਕਿਸਾਨੀ ਸੰਘਰਸ਼ ਦੇ ਅੰਗ ਸੰਗ ਜੋ ਕੁਝ ਇਸ ਵੇਲੇ ਗਾਜ਼ੀਪੁਰ ਬਾਰਡਰ ਦੇ ਉੱਤੇ ਚੱਲ ਰਿਹਾ ਸੀ, ਉਹਦੇ ਬਾਬਤ ਤੁਹਾਨੂੰ ਜਾਣਕਾਰੀ ਦੇਣੀ ਸੀ। ਉਮੀਦ ਹੈ ਵਿਚਾਰਾਂ ਦੀ ਸਹਿਮਤੀ ਅਸਹਿਮਤੀ ਦੇ ਨਾਲ ਵੀ ਸ਼ਾਇਦ ਤੁਹਾਨੂੰ ਥੋੜ੍ਹੀ ਜਿਹੀ ਖਬਰ ਠੀਕ ਲੱਗੀ ਹੋਏਗੀ। ਸੋ ਇੱਥੇ ਹੀ ਪਰਮਵੀਰ ਸਿੰਘ ਬਾਠ ਨੂੰ ਦਿਓ ਅੱਗੇ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।